अणखले बंदे मुछलां दे विच इन्नियां कुड़ियां लोकां दियां निक होईयां ना ते ओह भी लोकां ही रख लैंदे आ जिहड़ियां गईयां। क्यों फराया इत्थे कोर्ट वालों एक दिन का रिमांड दिता गया जी सानू इनू कल फिर अं दोबारा पेश करा पुछगिछ तो बाद ते जो भी पुछगिछ आवेगा वह भी तुम शेयर कर देंगे। साड़ी हुण तक की पुछगिछ से हुई मैं पहला भी दस चुका सी भी कल ये लड़की परसों चली गई सी जी एक रात दिन रात किसी के घर रह के आई आवा अणखले बंदे मुछलां दे विच इन्नियां कुड़ियां लोकां दियां निक होईयां ना ते ओह भी लोकां ही रख लैंदे आ जिहड़ियां गईयां। क्यों फराया इदां मरन तों बाद मरन तों जिहड़ियां लोकी जिहड़ियां 6वीं 7वीं च पढ़न दियां ना ओह सुधर चुकी कर ਇਹ ਕੋਰਟ ਵੱਲੋਂ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਜੀ ਸਾਨੂੰ ਇਹਨੂੰ ਕੱਲ੍ਹ ਫਿਰ ਅਸੀਂ ਦੁਬਾਰਾ ਪੇਸ਼ ਕਰਾਂਗੇ ਪੁੱਛਗਿਛ ਤੋਂ ਬਾਅਦ 'ਚ ਅਤੇ ਜੋ ਵੀ ਪੁੱਛਗਿਛ ਆਵੇਗਾ ਉਹ ਵੀ ਤੁਹਾਨੂੰ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ। ਇਹ ਸਾਡੀ ਹੁਣ ਤੱਕ ਦੀ ਪੁੱਛਗਿਛ 'ਚ ਹੋਈ ਮੈਂ ਪਹਿਲਾਂ ਵੀ ਦੱਸ ਚੁੱਕਾ ਸੀ ਵੀ ਕੱਲ੍ਹ ਇਹ ਲੜਕੀ ਪਰਸੋਂ ਚਲੀ ਗਈ ਸੀ ਜੀ ਬਿਨਾਂ ਦੱਸੇ ਘਰੋਂ ਅਤੇ ਕੱਲ੍ਹ ਕਰੀਬ 2:15 ਵਜੇ ਵਾਪਸ ਆਈ ਆ। ਜਦੋਂ ਇਹ ਵਾਪਸ ਆਈ ਆ ਤਾਂ ਇਹਦੇ ਆਪਣੇ ਫਾਦਰ ਨਾਲ ਤਕਰਾਰ ਹੋ ਗਿਆ ਉਹ ਜਸ ਉਸੇ ਟਾਈਮ ਹੀ ਇਹਨੇ ਬਾਹਰ ਇਹਨੂੰ ਘਰੋਂ ਬਾਹਰ ਖਿੱਚ ਕੇ ਅਤੇ ਆਪਣੇ ਕਿਰਪਾਨ ਨਾਲ ਮਾਰ ਦਿੱਤਾ ਜੀ ਵਰਤੀ। नहीं इस तरह की कोई गल नहीं अजे तफ्तीश आई अजे कर रहे हैं वो अजे अजे जस्ट जो पहली साड़ी फस्ट हैगी कर रहे। हाँ जी वो इनू लड़की नू अपनी कृपाना वढ़ के ते वो बाद च दे पैर बंद के मोटरसाइकिल के पिछे घसीट के फाटक ते सुट्टे सी करीब 200-300 मीटर का हैगा सी जी एरिया जिहड़ा जिथों घसीट के लैके गया जी। पोस्टमार्टम हो गया उहदा पोस्टमार्टम हो रहा जी हो रहा पोस्टमार्टम परिवार ने कहा कि बॉडी लवांगे आपां क्योंकि हां जी बॉडी लैण सानूं कोई संस्कार नहीं कर सकदे बाहर आके सानूं नहीं नहीं नाल असीं दो सिक्योरिटी जावांगे कोई इहो जी मुश्किल नहीं है संस्कार करावांगे। ਬਾਬੇ ਕਿਉਂ ਹਾਂ ਜੀ ਧੀ ਮੇਰੀ ਨਾ ਇੱਕ ਰਾਤ ਦਿਨ ਤੇ ਰਾਤ ਕਿਸੇ ਦੇ ਘਰ ਰਹਿ ਕੇ ਆਈ ਆ ਤੇ ਮੈਂ ਪਾਵਾਂ ਅਣਖਾਲੇ ਬੰਦੇ ਮੁਛਲਾਂ ਦੇ ਵਿੱਚ ਇੰਨੀਆਂ ਕੁੜੀਆਂ ਲੋਕਾਂ ਦੀਆਂ ਨਿੱਕ ਹੋਈਆਂ ਨਾ ਤੇ ਉਹ ਵੀ ਲੋਕਾਂ ਹੀ ਰੱਖ ਲੈਂਦੇ ਆ ਜਿਹੜੀਆਂ ਗਈਆਂ। ਕਿਉਂ ਫਰਾਇਆ ਇਹ ਤਾਂ ਇਹ ਕੋਰਟ ਵੱਲੋਂ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਜੀ ਸਾਨੂੰ ਇਹਨੂੰ ਕੱਲ੍ਹ ਫਿਰ ਅਸੀਂ ਦੁਬਾਰਾ ਪੇਸ਼ ਕਰਾਂਗੇ ਪੁੱਛਗਿਛ ਤੋਂ ਬਾਅਦ 'ਚ ਅਤੇ ਜੋ ਵੀ ਪੁੱਛਗਿਛ ਆਵੇਗਾ ਉਹ ਵੀ ਤੁਹਾਨੂੰ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ। ਇਹ ਸਾਡੀ ਹੁਣ ਤੱਕ ਦੀ ਪੁੱਛਗਿਛ 'ਚ ਹੋਈ ਮੈਂ ਪਹਿਲਾਂ ਵੀ ਦੱਸ ਚੁੱਕਾ ਸੀ ਵੀ ਕੱਲ੍ਹ ਇਹ ਲੜਕੀ ਪਰਸੋਂ ਚਲੀ ਗਈ ਸੀ ਜੀ। ਹਾਂ ਜੀ ਧੀ ਮੇਰੀ ਨਾ ਇੱਕ ਰਾਤ ਦਿਨ ਅਤੇ ਰਾਤ ਕਿਸੇ ਦੇ ਘਰ ਰਹਿ ਕੇ ਆਈ ਆ ਅਤੇ ਮੈਂ ਪਾਵਾਂ ਅਣਖਾਲੇ ਬੰਦੇ ਮੁਛਲਾਂ ਦੇ ਵਿੱਚ ਇੰਨੀਆਂ ਕੁੜੀਆਂ ਲੋਕਾਂ ਦੀਆਂ ਨਿੱਕ ਹੋਈਆਂ ਨਾ ਅਤੇ ਉਹ ਵੀ ਲੋਕਾਂ ਹੀ ਰੱਖ ਲੈਂਦੇ ਆ ਜਿਹੜੀਆਂ ਗਈਆਂ। ਕਿਉਂ ਫਰਾਇਆ ਇਹ ਤਾਂ ਮਰਨ ਤੋਂ ਬਾਅਦ ਮਰਨ ਤੋਂ ਜਿਹੜੀਆਂ ਲੋਕੀ ਜਿਹੜੀਆਂ 6ਵੀਂ 7ਵੀਂ ਚ ਪੜ੍ਹਨ ਦੀਆਂ ਨਾ ਉਹ ਸੁਧਰ ਚੁੱਕੀ ਕਰ ਇਹ ਕੋਰਟ ਵੱਲੋਂ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਜੀ ਸਾਨੂੰ ਇਹਨੂੰ ਕੱਲ੍ਹ ਫਿਰ ਅਸੀਂ ਦੁਬਾਰਾ ਪੇਸ਼ ਕਰਾਂਗੇ ਪੁੱਛਗਿਛ ਤੋਂ ਬਾਅਦ 'ਚ ਅਤੇ ਜੋ ਵੀ ਪੁੱਛਗਿਛ ਆਵੇਗਾ ਉਹ ਵੀ ਤੁਹਾਨੂੰ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ। ਇਹ ਸਾਡੀ ਹੁਣ ਤੱਕ ਦੀ ਪੁੱਛਗਿਛ 'ਚ ਹੋਈ ਮੈਂ ਪਹਿਲਾਂ ਵੀ ਦੱਸ ਚੁੱਕਾ ਸੀ ਵੀ ਕੱਲ੍ਹ ਇਹ ਲੜਕੀ ਪਰਸੋਂ ਚਲੀ ਗਈ ਸੀ ਜੀ ਬਿਨਾਂ ਦੱਸੇ ਘਰੋਂ ਅਤੇ ਕੱਲ੍ਹ ਕਰੀਬ 2:15 ਵਜੇ ਵਾਪਸ ਆਈ ਆ। ਜਦੋਂ ਇਹ ਵਾਪਸ ਆਈ ਆ ਤਾਂ ਇਹਦੇ ਆਪਣੇ ਫਾਦਰ ਨਾਲ ਤਕਰਾਰ ਹੋ ਗਿਆ ਉਹ ਜਸ ਉਸੇ ਟਾਈਮ ਹੀ ਇਹਨੇ ਬਾਹਰ ਇਹਨੂੰ ਘਰੋਂ ਬਾਹਰ ਖਿੱਚ ਕੇ ਅਤੇ ਆਪਣੇ ਕਿਰਪਾਨ ਨਾਲ ਮਾਰ ਦਿੱਤਾ ਜੀ ਵਰਤੀ। ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਜੇ ਤਫਤੀਸ਼ 'ਚ ਆਈ ਅਜੇ ਕਰ ਰਹੇ ਹਾਂ ਉਹ ਤਾਂ ਅਜੇ ਜਸਟ ਜੋ ਪਹਿਲੀ ਸਾਡੀ ਫਸਟ ਹੈਗੀ ਉਹ ਕਰ ਰਹੇ। ਹਾਂਜੀ ਉਹ ਇਹਨੂੰ ਲੜਕੀ ਨੂੰ ਆਪਣੀ ਕਿਰਪਾਨ ਨਾਲ ਵੱਢ ਕੇ ਅਤੇ ਉਹ ਬਾਅਦ 'ਚ ਦੇ ਪੈਰ ਬੰਨ੍ਹ ਕੇ ਮੋਟਰਸਾਈਕਲ ਦੇ ਪਿੱਛੇ ਘਸੀਟ ਕੇ ਫਾਟਕ 'ਤੇ ਸੁੱਟਿਆ ਸੀ। ਉਹ ਕਰੀਬ 200-300 ਮੀਟਰ ਦਾ ਹੈਗਾ ਸੀ ਜੀ ਏਰੀਆ ਜਿਹੜਾ ਜਿੱਥੋਂ ਘਸੀਟ ਕੇ ਲੈ ਕੇ ਗਿਆ ਜੀ। ਪੋਸਟਮਾਰਟਮ ਹੋ ਗਿਆ ਉਹਦਾ ਪੋਸਟਮਾਰਟਮ ਹੋ ਰਿਹਾ ਜੀ ਹੋ ਰਿਹਾ ਪੋਸਟਮਾਰਟਮ ਪਰਿਵਾਰ ਨੇ ਕਿਹਾ ਕਿ ਬੋਡੀ ਲਵਾਂਗੇ ਆਪਾਂ ਕਿਉਂਕਿ ਹਾਂਜੀ ਬੋਡੀ ਲੈਣ ਸਾਨੂੰ ਕੋਈ ਸੰਸਕਾਰ ਨਹੀਂ ਕਰ ਸਕਦੇ ਬਾਹਰ ਆ ਕੇ ਸਾਨੂੰ ਨਹੀਂ ਨਹੀਂ ਨਾਲ ਅਸੀਂ ਦੋ ਸਿਕਿਉਰਿਟੀ ਜਾਵਾਂਗੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ ਆ ਸੰਸਕਾਰ ਕਰਾਵਾਂਗੇ।